जी सत श्री अकाल, स्वागत है ताड़ा साडे चैनल पंजाबी कल्चर एंड कुकिंग दे वेच। आई होप के तुसी सारे ठीक ठाक होवोंगे। अज आपां तुहानू मूंह दे वेच मलाई दी तरह घुल जाण वाला पनीर बना के दिखावांगे। ये बिल्कुल नवा तरीका है जी, तुसी भी इस तरीके दे नाल अपने घर च जरूर पनीर बनायो। इहदे लई आपां सब तों पहला पतीली दे वेच दुध पा के रख दांगे। उबाली आउण लई दुध नूं उबाली आ चुकी आ, हुण आपां इस विच ऐड करांगे जी नींबू दा रस। नींबू दे रस नूं चंगी तरह दुध दे विच आपां हुण मिक्स कर देना आ। ते जदों पनीर पानी तों अलग हो जाएगा ते फिर आपां इहदे विच इक वड्डा कौला बर्फ दा पावांगे। ये बर्फ नूं आपां विच चंगी तरह खोर दांगे। इहदे नाल जिहड़ा अपना पनीर आ उह हार्ड नहीं होवेगा, सॉफ्ट ही रहेगा। ते हुण आपां जिहड़ा इह पनीर आ इहनूं इक कपड़े दे विच कढ लांगे। लो जी इस तरीके दे नाल जिहड़ा आपां पनीर आ उह सारा कपड़े दे विच कढ लैणा आ। ते इहनूं 2 मिंट इस तरह रखांगे कि इहदे विच जिहड़ा पाणी आ उह वी निकल जाएगा एक्सट्रा। ते फिर आपां इहनूं रखांगे जी इक भारी चीज़ उपर रखांगे इहदे, ते तां कि इहदे पीस वधिया बणन। लो जी इस तरीके दे नाल जिहड़ा आपां पनीर भार दे के रख्या होया आ, ते हुण इहनूं 4-5 घंटे हो गए इस तरह रखे हुए। ਅਤੇ ਹੁਣ ਆਪਾਂ ਚੈੱਕ ਕਰ ਲੈਂਦੇ ਹਾਂ ਕਿ ਆਪਣਾ ਜਿਹੜਾ ਪਨੀਰ ਆ ਉਹ ਬਣਿਆ ਆ। ਤੁਸੀਂ ਦੇਖ ਸਕਦੇ ਹੋ ਕਿ ਪਨੀਰ ਬਿਲਕੁਲ ਤਿਆਰ ਆ ਕੱਟਣ ਦੇ ਲਈ। ਹੁਣ ਆਪਾਂ ਇਹਨੂੰ ਰੱਖ ਕੇ ਅਤੇ ਇਹਦੇ ਪੀਸ ਕੱਟ ਲਾਂਗੇ। ਇਸ ਤਰੀਕੇ ਦੇ ਨਾਲ ਸਾਰੇ ਪੀਸ ਕੱਟ ਕੇ ਆਪਾਂ ਇਹਨੂੰ ਇੱਕ ਬਾਕਸ ਦੇ ਵਿੱਚ ਰੱਖ ਲਾਂਗੇ। ਅਤੇ ਜਦੋਂ ਪਨੀਰ ਦੀ ਕੋਈ ਵੀ ਰੈਸਪੀ ਬਣਾਉਣੀ ਆ ਤਾਂ ਉਹਦੇ ਵਿੱਚ ਪਾ ਸਕਦੇ ਹਾਂ। ਬਿਲਕੁਲ ਸੌਫਟ ਪਨੀਰ ਆ, ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਅਤੇ ਦੱਸਿਓ ਕਿਸ ਤਰ੍ਹਾਂ ਬਣਿਆ ਆ। ਅਤੇ ਅੱਜ ਆਪਾਂ ਜਾ ਰਹੇ ਹਾਂ ਜੀ ਸ਼ੋਪਿੰਗ ਕਰਨ ਪਨੀਰ ਬਣਾਉਣ ਤੋਂ ਬਾਅਦ। ਮਹਿਤਾਬ ਬਹੁਤ ਖੁਸ਼ ਆ ਕਿ ਉਹ ਕਿਤੇ ਘੁੰਮਣ ਜਾ ਰਿਹਾ ਹੈ ਅਤੇ ਉਹ ਆਪਣੀ ਸੀਟ 'ਤੇ ਬੈਠ ਕੇ ਆਵਾਜ਼ ਦੇ ਰਿਹਾ ਹੈ ਕਿ ਤੁਸੀਂ ਵੀ ਆ ਕੇ ਛੇਤੀ ਬੈਠ ਜਾਓ। ਲਓ ਜੀ ਹੁਣ ਆਪਾਂ ਘਰ ਤੋਂ ਚੱਲ ਪਏ ਹਾਂ ਜੀ, ਅਤੇ ਅੱਜ ਆਪਾਂ ਜਾਵਾਂਗੇ ਜੀ ਇਟਲੀ ਦੇ ਸ਼ਹਿਰ ਕਰਮੋਨਾ ਦੇ ਵਿੱਚ। ਅਤੇ ਆਪਾਂ ਦੇਖਦੇ ਹਾਂ ਕਿ ਅੱਜ ਮਹਿਤਾਬ ਕੀ ਸ਼ੋਪਿੰਗ ਕਰਦਾ ਆ। ਤੁਸੀਂ ਦੇਖ ਸਕਦੇ ਹੋ ਕਿ ਇਟਲੀ ਦੇ ਵਿੱਚ ਕਿੰਨਾ ਵਧੀਆ ਸਾਫ਼ ਵਾਤਾਵਰਨ ਆ, ਚਾਰੇ ਪਾਸੇ ਹਰਿਆਲੀ ਆ ਅਤੇ ਸੜਕਾਂ ਦੇ ਉੱਪਰ ਵੀ ਇੰਨਾ ਜ਼ਿਆਦਾ ਰਸ਼ ਨਹੀਂ ਹੁੰਦਾ। ਹੁਣ ਜਿਹੜੇ ਇਟਲੀ ਨੇ ਸਕੂਲ ਓਪਨ ਕਰ ਦਿੱਤੇ ਨੇ, ਬੱਚੇ ਸਕੂਲ ਜਾਣ ਲੱਗ ਗਏ ਨੇ ਹੁਣ। ਅਤੇ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜਿਹੜੀ ਕਰੋਨਾ ਨਾਂ ਦੀ ਬਿਮਾਰੀ ਫੈਲੀ ਹੋਈ ਹੈ ਇਸ ਤੋਂ ਛੇਤੀ ਛੁਟਕਾਰਾ ਮਿਲੇ ਸਾਰਿਆਂ ਨੂੰ। ਅਤੇ ਤੁਸੀਂ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਹੱਸਦੇ ਵੱਸਦੇ ਰਹੋ ਅਤੇ ਲਓ ਜੀ ਹੁਣ ਆਪਾਂ ਪਹੁੰਚ ਚੱਲੇ ਹਾਂ ਟੋਆਏ ਸੈਂਟਰ 'ਤੇ ਰੈਂਟੈਲ ਦੇ ਵਿੱਚ। ਇੱਥੋਂ ਅੱਜ ਆਪਾਂ ਕੁਝ ਸ਼ੋਪਿੰਗ ਕਰਾਂਗੇ ਮਹਿਤਾਬ ਦੇ ਲਈ। ਲਓ ਜੀ ਹੁਣ ਆਪਾਂ ਐਂਟਰੀ ਕਰਦੇ ਹਾਂ ਅਤੇ ਐਂਟਰੀ ਕਰਦੇ ਸਾਰ ਹੀ ਇਹਨਾਂ ਨੇ ਸੈਨੇਟਾਈਜ਼ਰ ਰੱਖਿਆ ਆ
ਕਿ ਜੋ ਵੀ ਪਰਸਨ ਅੰਦਰ ਆਉਂਦਾ ਆਪਣੇ ਹੱਥ ਸੈਨੇਟਾਈਜ਼ ਕਰਦਾ ਆ, ਫਿਰ ਅੰਦਰ ਮਾਰਕੀਟ 'ਤੇ ਜਾਂਦਾ ਆ। ਇੱਥੇ ਬੱਚਿਆਂ ਦੇ ਲਈ ਹਰ ਤਰ੍ਹਾਂ ਦੇ ਟੋਇਸ ਮਿਲ ਜਾਂਦੇ ਨੇ। ਤੁਸੀਂ ਦੇਖ ਸਕਦੇ ਆ ਅਤੇ ਇਹ ਨੇ ਛੋਟੇ ਬੱਚਿਆਂ ਦੇ ਕਲੋਥਸ। ਛੋਟੇ ਬੱਚੇ ਜਿੱਦਾਂ ਨਿਊ ਬੋਰਨ ਬੇਬੀ ਆ, ਉਹਨਾਂ ਦੀ ਜ਼ਰੂਰਤ ਦਾ ਹਰੇਕ ਸਮਾਨ ਇੱਥੇ ਅਵੇਲੇਬਲ ਹੈਗਾ ਆ। ਲਓ ਜੀ, ਇੱਧਰ ਮਹਿਤਾਬ ਵੀ ਆਪਣੀ ਸ਼ੋਪਿੰਗ ਕਰਨ ਦੇ ਵਿੱਚ ਪੂਰਾ ਮਸਤ ਆ। ਹਜੇ ਕੁਝ ਵੀ ਉਹਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਚੱਕੇ ਤੇ ਕੀ ਨਾ ਚੱਕੇ। ਤੇ ਲਓ ਜੀ, ਆਪਣੀ ਸ਼ੋਪਿੰਗ ਇੱਥੋਂ ਹੋ ਗਈ ਆ। ਮਹਿਤਾਬ ਨੇ ਆਪਣੇ ਸ਼ੋਪਿੰਗ ਦਾ ਬੈਗ ਫੜ ਲਿਆ ਆ ਤੇ ਉਹ ਕਿਸੇ ਨੂੰ ਨਹੀਂ ਦੇ ਰਿਹਾ। ਤੇ ਜਦੋਂ ਉਸ ਤੋਂ ਫੜਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਅੱਗੇ ਅੱਗੇ ਭੱਜ ਜਾਂਦਾ ਆ। ਤੇ ਚਲੋ ਜੀ, ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਚਲੋ ਜੀ, ਮਿਲਦੇ ਹਾਂ ਨੈਕਸਟ ਵੀਡੀਓ 'ਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।